ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਜਿਨ੍ਹਾਂ ਦੇ ਅੰਤਹਿਕਰਨ ਰੂਪੀ ਥਾਲ ਵਿੱਚ ਭਾਵ ਅੰਦਰ ਤਿੰਨ ਵਸਤੂਆਂ ਸਤ ਸੰਤੋਖ ਅਤੇ ਵਿਚਾਰ ਪਈਆਂ ਹਨ, ਉਹਨਾਂ ਨੂੰ ਪਰਮੇਸ਼ਰ ਦਾ ਅੰਮ੍ਰਿਤ ਅਮਰ ਕਰਨ ਵਾਲਾ ਬ੍ਰਹਮਾਨੰਦ ਰੂਪੀ ਅੰਮ੍ਰਿਤ ਨਾਮ ਰੂਪੀ ਸਾਰ ਸ੍ਰੇਸ਼ਟ ਭੋਜਨ ਪ੍ਰਾਪਤ ਹੋਇਆ ਹੈ। ਜਿੱਤ ਖਾਧੈ ਮਨ ਤ੍ਰਿਪਤੀ ਹੈ, ਪਾਈਐ ਮੋਖ ਦੁਆਰ। ਜਿਸ ਦੇ ਖਾਧਿਆਂ ਭਾਵ ਧਾਰਨ ਕਰਕੇ ਮਨ ਤ੍ਰਿਪਤੀ ਹੈ, ਤ੍ਰਿਪਤ ਹੁੰਦਾ ਹੈ, ਮਨ ਰੱਜ ਜਾਂਦਾ ਹੈ ਅਤੇ ਮੋਖ ਮੁਕਤੀ ਦਾ ਦੁਆਰ ਦਰਵਾਜ਼ਾ ਗਿਆਨ ਪਾ ਲਈਦਾ ਹੈ, ਦੁਆਰਿਆਂ ਵਾਲੇ ਸਰੀਰ ਵੱਲੋਂ ਮੁਕਤੀ ਪਾ ਲਈਦੀ ਹੈ। ਇਹੋ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਇਹੋ ਭੋਜਨ ਅਲੱਭ ਹੈ ਸੰਤੋ, ਹੇ ਸੰਤੋ ਸੰਤ ਜਨੋ, ਇਹ ਜੋ ਬ੍ਰਹਮਾਨੰਦ ਰੂਪੀ ਨਾਮ ਰੂਪੀ ਭੋਜਨ ਨਾ ਲੱਭਣ ਵਾਲਾ ਹੈ, ਪਰੰਤੂ ਇਹ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਧਾਰਨ ਕਰਕੇ ਹੀ ਲੱਭਦਾ ਹੈ। ਇਹ ਮੁਦਾਵੜੀ ਕਿਉਂ ਵਿੱਚੋ ਕੱਢੀ ਹੈ, ਸਦਾ ਰੱਖੀ ਹੈ ਉਰ ਧਾਰ। ਇਹ ਗੁਰਸਿੱਖਿਆ ਰੂਪੀ ਮੁਦਾਵਣੀ ਮੁਦਾਵਣੀ ਭਾਵ ਬੁਝਾਰਤ ਨੂੰ ਕਿਉਂ ਹਿਰਦੇ ਅੰਦਰੋਂ ਕੱਢਣਾ ਕਰੀਏ। ਗੁਰਸਿੱਖਿਆ ਮੁਦਾਵਣੀ ਮੋਹ ਨਾਮ ਮੋਹ ਨੂੰ ਦਾਵਣੀ ਸਾੜਨ ਵਾਲੀ ਹੈ, ਕਾਮ ਕ੍ਰੋਧ ਆਦਿ ਵਾਸ਼ਨਾਵਾਂ ਨੂੰ ਮੁੱਦ ਆਵਣੀ ਮੁੰਦਾ ਪਾਉਣ ਵਾਲੀ ਅਤੇ ਮੋਹਣ ਸਾਹਾ ਭਗਤੀ ਨੂੰ ਹਿਰਦੇ ਵਿੱਚ ਆਵਣੀ ਆਉਣ ਭਾਵ ਲਿਆਉਣ ਵਾਲੀ ਹੈ। ਇਸ ਨੂੰ ਕਿਉਂ ਹਿਰਦੇ ਵਿੱਚੋਂ ਕੱਢੀਏ? ਇਸ ਨੂੰ ਤਾਂ ਹਮੇਸ਼ਾ ਔਰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰੀਏ। ਇਹ ਮੁਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਦੀ ਭਾਲ। ਇਹ ਮੋਹ ਨੂੰ ਸਾੜਨ ਵਾਲੀ ਭਗਤੀ ਰੂਪੀ ਸਿੱਖਿਆ ਰੂਪੀ ਮੁਦਾਵਣੀ ਬੁਝਾਰਤ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਦੇ ਹਿਰਦੇ ਵਿੱਚ ਪਾਉਣਾ ਕੀਤੀ ਹੈ ਅਤੇ ਗੁਰਸਿੱਖਾਂ ਨੇ ਭਾਲ ਖੋਜ ਕਰਕੇ ਇਹ ਮੁਦਾਵਣੀ ਲੱਦੀ ਕਹੀਏ ਲੱਭੀ ਹੈ। ਨਾਨਕ ਜਿਸ ਬੁਝਾਏ ਸੋ ਬੁੱਝ ਸੀ, ਹਰ ਪਾਇਆ ਗੁਰਮੁਖ ਘਾਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਗੁਰੂ ਸਾਹਿਬ ਜੀ ਆਪ ਬੁਝਾਉਂਦੇ ਆ ਉਹ ਸੱਚ ਸਰੂਪ ਨੂੰ ਬੁੱਝਦੇ ਆ, ਜਿਸ ਨੂੰ ਅੱਗੇ ਨੂੰ ਬੁਝਾਉਣਗੇ ਉਹ ਬੁੱਝ ਸੀ ਸਮਝਣਗੇ, ਅਤੇ ਜਿਨ੍ਹਾਂ ਗੁਰਮੁੱਖਾਂ ਨੇ ਨਾਮ ਦੀ ਘਾਲ ਕਮਾਈ ਕੀਤੀ ਹੈ ਉਹਨਾਂ ਨੇ ਵਾਹਿਗੁਰੂ ਦੇ ਤਾਂ ਹੀ ਪਾ ਲਿਆ ਹੈ। ਮਹੱਲਾ ਤੀਜਾ। ਜੋ ਧੁਰ ਮੇਲੇ ਸੇ ਮਿਲ ਰਹੇ, ਸਤਿਗੁਰ ਸਿਉ ਚਿਤ ਲਾਏ। ਜਿਹੜੇ ਪੁਰਖ ਗੁਰਾਂ ਨੇ ਧੁਰ ਆਦਿ ਤੋਂ ਹੀ ਸੱਚ ਸਰੂਪ ਨਾਲ ਮੇਲੇ ਹਨ, ਉਹ ਮਿਲੇ ਰਹਿੰਦੇ ਆ। ਉਹ ਦੁਨੀਆਂ ਦੇ ਮਿਲਾਪ ਤੋਂ, ਜੰਮਣ ਮਰਨ ਦੇ ਮੇਲ ਤੋਂ ਰਹਿਤ ਹੋ ਗਏ ਆ। ਉਹਨਾਂ ਨੇ ਸਤਿਗੁਰਾਂ ਦੇ ਨਾਲ ਚਿੱਤ ਮਨ ਦੀ ਬਿਰਤੀ ਨੂੰ ਲਾਇਆ ਹੈ, ਭਾਵ ਜੋੜ ਲਿਆ ਹੈ। ਆਪ ਵਿਛੋੜੇਨ ਸੇ ਵਿਛੜੇ, ਦੂਜੇ ਪਾਏ ਖੁਆਏ। ਜਿਹੜੇ ਮਨਮੁੱਖ ਦਵੈਤ ਭਾ ਕਰਕੇ ਖੁਆਏ ਭੁੱਲੇ ਭਾਵ ਖਰਾਬ ਹੋ ਰਹੇ ਆ, ਉਹਨਾਂ ਨੂੰ ਆਪ ਸਤਿਗੁਰਾਂ ਨੇ ਸੱਚ ਸਰੂਪ ਨਾਲੋਂ ਵਿਛੋੜਿਆ ਹੈ, ਜਿਸ ਕਰਕੇ ਉਹ ਵਿਛੜ ਗਏ ਹਨ। ਜੋ ਆਪ ਗੁਰਾਂ ਨੇ ਪਰਮੇਸ਼ਰ ਨਾਲੋਂ ਵਿਛੋੜੇ ਹਨ ਉਹ ਦਵੈਤ ਭਾਵ ਵਿੱਚ ਲੱਗਣੇ ਕਰਕੇ ਭੁੱਲੇ ਹੋਏ, ਪਰਮੇਸ਼ਰ ਤੋਂ ਵਿਛੜੇ ਹੋਏ ਆ। ਨਾਨਕ ਵਿਣ ਕਰਮਾ ਕਿਆ ਪਾਈਐ, ਪੂਰਬ ਲਿਖਿਆ ਕਮਾਏ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਨਿਸ਼ਕਾਮ ਕਰਮਾਂ ਤੋਂ ਬਗੈਰ ਭਾਵ ਗੁਰਾਂ ਦੀ ਬਖਸ਼ਿਸ਼ ਤੋਂ ਬਗੈਰ ਕੀ ਪਾਈਦਾ ਹੈ, ਭਾਵ ਕੁਝ ਵੀ ਨਹੀਂ ਪਾਈਦਾ। ਪੂਰਬਲੇ ਮੱਥੇ ਉੱਤੇ ਲਿਖਿਆ ਕਰਮਾਂ ਅਨੁਸਾਰ ਹੀ ਜੀਵ ਚੰਗੇ ਮੰਦੇ ਕਰਮਾਂ ਨੂੰ ਕਮਾਉਂਦਾ ਹੈ। ਪੌੜੀ ਬਹਿ ਸਖੀਆ ਜਸ ਗਾਵੈ ਗਾਵਣ ਹਾਰੀਆ। ਪਰਮੇਸ਼ਰ ਦੇ ਨਾਮ ਨੂੰ ਗਾਉਣ ਵਾਲੀਆਂ ਮਹਾਤਮਾ ਰੂਪ ਸਖੀਆਂ ਇੱਕ ਚਿੱਤ ਹੋ ਕੇ ਸਤਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਉਂਦੀਆਂ ਹਨ, ਪਰਮੇਸ਼ਰ ਦੀ ਕੀਰਤੀ ਕਰਦੀਆਂ ਹਨ ਅਤੇ ਹਰ ਨਾਮ ਸਲਾਹਿਓ ਨਿਤ ਹਰਿ ਕਉ ਬਲਿਹਾਰੀਆ। ਨਿਤਾ ਪ੍ਰਤੀ ਪਰਮੇਸ਼ਰ ਦੇ ਨਾਮ ਨੂੰ ਸਲਾਉਂਦੀਆਂ ਹਨ ਅਤੇ ਪਰਮੇਸ਼ਰ ਉੱਪਰੋਂ ਬਲਿਹਾਰੀਆਂ ਕੁਰਬਾਨ ਜਾਂਦੀਆਂ ਹਨ। ਜਿਨੀ ਸੁਣ ਮੰਨਿਆ ਹਰ ਨਾਉ ਤਿਨਾ ਹਉ ਵਾਰੀਆ। ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ ਫਿਰ ਮੰਨਣਾ ਕੀਤਾ ਹੈ ਉਹਨਾਂ ਤੋਂ ਅਸੀਂ ਵਾਰੀਆ ਬਲਿਹਾਰਨੇ ਜਾਈਏ। ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀਆ। ਗੁਰਮੁਖੀਆ ਗੁਰਮੁਖ ਸਖੀਆਂ ਦਾ ਹੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋਇਆ ਹੈ ਅਤੇ ਹੋਰਨਾਂ ਅਧਿਕਾਰੀਆਂ ਤਾਂ ਵੀ ਪਰਮੇਸ਼ਰ ਦੇ ਨਾਲ ਮਿਲਾਵਣ ਹਾਰੀਆ ਮਿਲਾਉਣ ਵਾਲੀਆਂ ਹਨ। ਹਉ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆ। ਅਸੀਂ ਉਹਨਾਂ ਮਹਾਤਮਾ ਰੂਪ ਸਖੀਆਂ ਤੋਂ ਰਾਤ ਦਿਨੇ ਹੀ ਬਲਿਹਾਰ ਜਾਂਦੇ ਹਾਂ ਜਿਹੜੀਆਂ ਰੂਹਾਂ ਸਤਿਗੁਰਾਂ ਦੇ ਦਰਸ਼ਨ ਦੇਖਣ ਵਾਲੀਆਂ ਹਨ। ਸਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮਨ ਦੇ ਨਿਤ ਜਗ ਤੋਟਾ ਸਹਿਸਾਰ। ਵਾਹਿਗੁਰੂ ਦੇ ਨਾਮ ਤੋਂ ਬਗੈਰ ਸਾਰੇ ਜੀਵ ਜੂਨਾਂ ਵਿੱਚ ਭਟਕਦੇ ਫਿਰਦੇ ਆ, ਜਿਸ ਕਰਕੇ ਹਮੇਸ਼ਾ ਹੀ ਸਹਿਸਾਰ ਸੰਸਾਰ ਵਿੱਚ ਜਗ ਜੀਵਾਂ ਨੂੰ ਤੋਟਾ ਘਾਟਾ ਹੀ ਬਣਿਆ ਰਹਿੰਦਾ ਹੈ। ਨਾਮ ਬਿਨਾਂ ਸਭ ਜਗ ਬਹੁ ਰਾਨਾ ਸਭ ਦੇ ਹਉਮੈ ਮਾਰੀ। ਮਨਮੁਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ। ਮਨਮੁਖ ਦਾਈ ਵਾਲੇ ਕਰਮਾਂ ਨੂੰ ਕਮਾਉਣੇ ਕਰਕੇ ਜੀਵ ਹੰਗਤਾ ਦੇ ਸਹਿਤ ਅੰਨੇ ਹੋ ਰਹੇ ਅਤੇ ਅਗਿਆਨ ਦਾ ਗੁਬਾਰ ਗਾੜਾ ਹਨੇਰਾ ਬਣਿਆ ਰਹਿੰਦਾ। ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਸਤਿਗੁਰੂ ਜੀ ਕਥਨ ਕਰਦੇ ਆ ਕਿ ਗੁਰਮੁਖ ਜਨ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਅੰਮ੍ਰਿਤ ਨਾਮ ਨੂੰ ਪੀਣਾ ਕਰਦੇ ਆ। ਮਹੱਲਾ ਤੀਜਾ। ਸਹਿਜੇ ਜਾਗੈ ਸਹਿਜੈ ਸਹਿਜੇ ਜਾਗੈ ਸਹਿਜੈ ਸੋਵੈ। ਗੁਰਮੁਖ ਸੁੱਤੇ ਸਿੱਧ ਹੀ ਜਾਗਦੇ ਹਨ ਅਤੇ ਸਹਿਜੈ ਦੂਸਰੇ ਸਹਿਜੈ ਦੇ ਜੱਜੇ ਨੂੰ ਦੁਲਾਵਾ ਹਨ। ਪਹਿਲੇ ਸਹਿਜੇ ਦੇ ਜੱਜੇ ਨੂੰ ਲਾਮ ਹੈ, ਸੋ ਖਿਆਲ ਰੱਖਣਾ ਹੈ ਪਾਠਾਂ ਦਾ। ਕਹਿੰਦੇ ਸੁੱਤੇ ਸਿੱਧ ਹੀ ਸੋਵੈ ਸੌਂਦੇ ਹਨ, ਭਾਵ ਗੁਰਮੁਖਾਂ ਨੂੰ ਜਾਗ ਕੇ ਵੀ ਸਹਿਜੇ ਸ਼ਾਂਤੀ ਹੈ ਅਤੇ ਸੌਂਦੇ ਵੀ ਸ਼ਾਂਤੀ ਨਾਲ ਹਨ, ਕੋਈ ਸੰਸਾਰੀ ਘਬਰਾਹਟ ਨਹੀਂ ਹੁੰਦੀ। ਗੁਰਮੁਖ ਜਨ ਸੁਭਾਵਕ ਹੀ ਅਵਿਦਿਆ ਰੂਪੀ ਨੀਂਦ ਤੋਂ ਜਾਗ ਪਏ ਹਨ ਅਤੇ ਸਹਿਜੈ ਸਹਿਜ ਅਵਸਥਾ ਵਿੱਚ ਸੌਂਦੇ ਹਨ। ਗੁਰਮੁਖ ਜਨ ਸਹਿਜੇ ਗਿਆਨ ਵਿੱਚ ਜਾਗ ਪਏ ਹਨ ਅਤੇ ਸੰਸਾਰ ਵੱਲੋਂ ਸਹਿਜੈ ਸੁਭਾਵਕ ਹੀ ਸੌਂ ਗਏ ਹਨ। ਗੁਰਮੁਖ ਅਨਦਿਨ ਉਸਤਤ ਹੋਵੈ। ਗੁਰਮੁਖ ਜਨਾਂ ਦੀ ਰਾਤ ਦਿਨ ਲੋਕ ਪ੍ਰਲੋਕ ਵਿੱਚ ਉਸਤਤ ਸੋਭਾ ਹੁੰਦੀ ਹੈ। ਗੁਰਮੁਖ ਜਨਾਂ ਦੀ ਸੱਤੋ ਗੁਣੀ ਬਿਰਤੀ ਹੋਣ ਕਰਕੇ ਅਨਦਿਨ ਰਾਤ ਦਿਨ ਹੀ ਬਿਰਤੀ ਵਿੱਚ ਵਾਹਿਗੁਰੂ ਦੀ ਉਸਤਤ ਮਹਿਮਾ ਹੁੰਦੀ ਰਹਿੰਦੀ ਹੈ ਅਤੇ ਮਨਮੁਖ ਭਰਮੈ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ।
ਮਨਮੁਖ ਪੁਰਖ ਭਰਮ ਵਿੱਚ ਭਰਮਦੇ ਰਹਿੰਦੇ ਆ, ਕਿਉਂਕਿ ਉਹਨਾਂ ਦੇ ਅੰਦਰ ਪ੍ਰਮਾਣਗਤ, ਪਰਮੇਗਤ, ਵਿਪਰਜੇ, ਬੁੱਧੀ ਆਦਿ ਸੰਸੇ ਹੁੰਦੇ ਅਤੇ ਹਿਰਦੇ ਅੰਦਰ ਚਿੰਤਾ ਫਿਕਰ ਹੋਣ ਕਰਕੇ ਉਹ ਸ਼ਾਂਤੀ ਰੂਪ ਨੀਂਦਰਾ ਵਿੱਚ ਨਹੀਂ ਸੌਂਦੇ। ਗਿਆਨੀ ਜਾਗੈ ਹੈ ਸਵੈ ਸੁਭਾਏ, ਨਾਨਕ ਨਾਮ ਰੱਤਿਆ ਬਲ ਜਾਉ। ਗਿਆਨਵਾਨ ਪੁਰਸ਼ ਗਿਆਨ ਅਵਸਥਾ ਵਿੱਚ ਜਾਗਦੇ ਹਨ ਅਤੇ ਸੰਸਾਰ ਵੱਲੋਂ ਸੁਭਾਵਕ ਹੀ ਨਿਰਵਿਕਲਪ ਸਮਾਧੀ ਵਿੱਚ ਸੁੱਤੇ ਹੋਏ ਆ। ਗਿਆਨਵਾਨ ਪੁਰਖਾਂ ਦਾ ਜਾਗਣਾ ਅਤੇ ਸੌਣਾ ਸੁਭਾਵਕ ਹੀ ਹੁੰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਆ ਕਿ ਜੋ ਗੁਰਮੁਖ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਆ, ਪ੍ਰੀਤਵਾਨ ਹੋਏ ਆ, ਅਸੀਂ ਉਹਨਾਂ ਤੋਂ ਸਦਾ ਸਦਾ ਬਲਹਾਰ ਕੁਰਬਾਨ ਜਾਂਦੇ ਹਾਂ। ਪੌੜੀ ਸੇ ਹਰ ਨਾਮ ਧਿਆਵੈ ਹੈ ਜੋ ਹਰ ਰੱਤਿਆ। ਤਿੰਨਾਂ ਲੋਕਾਂ 'ਚੋਂ ਉਹ ਪੁਰਖ ਸੇਕ ਹੀ ਉਹ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ ਜਿਹੜੇ ਵਾਹਿਗੁਰੂ ਦੇ ਪ੍ਰੇਮ ਵਿੱਚ ਮਨ ਬਾਣੀ ਸਰੀਰ ਕਰਕੇ ਰੱਤਿਆ ਰੰਗੇ ਹੋਏ ਆ। ਹਰ ਇੱਕ ਧਿਆਵੈ ਇੱਕ ਇੱਕੋ ਹਰ ਸੱਤਿਆ। ਉਸ ਇੱਕੋ ਹਰ ਪਰਮੇਸ਼ਰ ਨੂੰ ਨਿਰਗੁਣ ਸਰੂਪ ਜਾਣ ਕੇ, ਸਰਗੁਣ ਸਰੂਪ ਜਾਣ ਕੇ, ਇੱਕੋ ਹੀ ਇਸ ਲੋਕ ਵਿੱਚ ਅਤੇ ਇੱਕੋ ਹੀ ਪਰਲੋਕ ਵਿੱਚ ਜਾਣ ਕੇ ਮਨ ਬਾਣੀ ਸਰੀਰ ਕਰਕੇ ਧਿਆਉਂਦੇ ਹਨ। ਜੋ ਇੱਕ ਹਰੀ ਪਰਮੇਸ਼ਰ ਸੱਤਿਆ ਸਤ ਸਰੂਪ ਹੈ, ਸਦਾ ਰਹਿਣ ਵਾਲਾ ਹੈ, ਇੱਕੋ ਹਰੀ ਸਾਰਿਆਂ ਦੇ ਅੰਦਰ ਸਾਖੀ ਰੂਪ ਹੈ, ਇੱਕੋ ਇੱਕ ਹਰੀ ਦੀ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਵਿੱਚ ਚੇਤਨ ਸੱਤਾ ਨੂੰ ਜਾਣ ਕੇ ਵਾਹਿਗੁਰੂ ਦੇ ਨਾਮ ਨੂੰ ਹੀ ਧਿਆਉਂਦੇ ਆ। ਹਰ ਇੱਕੋ ਵਰਤੈ ਇੱਕ ਇੱਕੋ ਉਤਪੱਤਿਆ। ਇੱਕੋ ਪਰਮੇਸ਼ਰ ਪਿੱਛੇ ਵਰਤਦਾ ਸੀ, ਇੱਕੋ ਹੁਣ ਵਰਤ ਰਿਹਾ, ਇੱਕੋ ਹਰੀ ਪਾਲਣਾ ਕਰਨ 'ਚ ਵਰਤ ਰਿਹਾ, ਇੱਕੋ ਪਰਲੋ ਕਰਨ 'ਚ ਵਰਤਾ ਰਿਹਾ ਅਤੇ ਇੱਕੋ ਹੀ ਪਰਮੇਸ਼ਰ ਸੰਸਾਰ ਨੂੰ ਉਤਪੱਤਿਆ ਕਹੀਏ ਪੈਦਾ ਕਰਨ ਵਾਲਾ ਹੈ। ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਘੱਤਿਆ। ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਕਾਰ ਬਿਰਤੀ ਕਰਕੇ ਧਿਆਉਂਦੇ ਆ, ਉਹਨਾਂ ਨੇ ਜਮਾਂ ਦਾ ਡਰ ਭੈ ਸੱਟ ਭਾਵ ਸੁੱਟ ਘੱਤਿਆ ਸੁੱਟ ਦਿੱਤਾ ਹੈ, ਸਾਰਾ ਡਰ ਦੂਰ ਕਰ ਦਿੱਤਾ ਹੈ। ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਜਿਨ੍ਹਾਂ ਗੁਰਮੁਖ ਜਨਾਂ ਨੂੰ ਆਪ ਗੁਰੂ ਸਾਹਿਬ ਜੀ ਸਿੱਖਿਆ ਦਿੰਦੇ ਆ, ਉਹਨਾਂ ਗੁਰਮੁਖ ਜਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਹੈ। ਸਲੋਕ ਮਹੱਲਾ ਤੀਜਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਸਾਹਿਬ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਕਈ ਲੋਕ ਕਹਿੰਦੇ ਹਨ ਕਿ ਸਾਨੂੰ ਕੋਈ ਸਾਧਨ ਦਾਨ ਜਾਂ ਭਜਨ ਕਰਨ ਦੀ ਲੋੜ ਨਹੀਂ, ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਤਾਂ ਸੁਣ ਕੇ ਸਤਿਗੁਰੂ ਜੀ ਨੇ ਇਹ ਸਲੋਕ ਉਚਾਰਨ ਕੀਤਾ। ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਝੀ ਪਾਏ। ਹੀ ਭਾਈ, ਉਹਨਾਂ ਦੇ ਹਿਰਦੇ ਵਿੱਚ ਸੱਤ ਸਰੂਪ ਦਾ ਗਿਆਨ ਬੋਧ ਨਹੀਂ ਆਇਆ, ਭਾਵ ਆ ਕੇ ਪ੍ਰਾਪਤ ਨਹੀਂ ਹੋਇਆ, ਜਿਸ ਬੋਧ ਕਰਕੇ ਉਹ ਲੋਕ ਪ੍ਰਲੋਕ ਦੀ ਕੁਝ ਵੀ ਸੋਝੀ ਗਿਆਤ ਪਾ ਲੈਂਦੇ ਆ, ਜਿਸ ਕਰਕੇ ਜੀਵ ਇਸ ਦੀ ਏਕਤਾ ਰੂਪੀ ਸੋਝੀ ਪਾ ਲੈਂਦੇ। ਵਿਣ ਡਿੱਠਾ ਕਿਆ ਸਾ ਲਾਹੀ ਹੈ ਅੰਧਾ ਅੰਧ ਕਮਾਏ। ਜੋਤੀ ਸਰੂਪ ਪਰਮੇਸ਼ਰ ਦੇ ਦਰਸ਼ਨ ਡਿੱਠਾ ਦੇਖੇ ਤੋਂ ਬਗੈਰ, ਆਸਤਕ ਭਾਵਨਾ ਧਾਰੇ ਤੋਂ ਬਗੈਰ ਕੀ ਸਿਫਤ ਕਰਨਗੇ? ਗੁਰਾਂ ਦੀ ਸਿਫਤ ਕਰੇ ਤੋਂ ਬਗੈਰ ਪਰਮੇਸ਼ਰ ਦੇ ਦਰਸ਼ਨ ਕੀ ਦੇਖ ਸਕਣਗੇ? ਕੁਝ ਵੀ ਨਹੀਂ ਦੇਖ ਸਕਦੇ, ਕਿਉਂਕਿ ਅਗਿਆਨੀ ਪੁਰਖ ਤਾਂ ਅੰਧ ਕੀ ਅਗਿਆਨਤਾ ਹੀ ਵਾਲੇ ਕਰਮਾਂ ਨੂੰ ਹੀ ਕਮਾਉਂਦੇ ਆ। ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਪਹਿਚਾਨਣਾ ਕਰੀਏ ਤਾਂ ਮਨ ਹਿਰਦੇ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਵਸਦਾ ਹੈ। ਮਹੱਲਾ ਤੀਜਾ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਹੇ ਭਾਈ, ਇੱਕ ਸਤਨਾਮ ਰੂਪ ਨਾਮ ਰੂਪ ਬਾਣੀ ਹੀ ਸੰਸਾਰ ਦੇ ਭਲੇ ਵਾਸਤੇ ਹੈ ਅਤੇ ਸਾਰੀ ਦੁਨੀਆ ਦੇ ਇੱਕੋ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਹਨ। ਇੱਕੋ ਪਰਮੇਸ਼ਰ ਦੀ ਸਾਰੀ ਬਾਣੀ ਬਨਾਵਟ ਹੈ ਅਤੇ ਇੱਕੋ ਹੀ ਸਾਰਿਆਂ ਦੇ ਅੰਦਰ ਗੁਰ ਚੇਤਨ ਸਰੂਪ ਹੈ ਅਤੇ ਇੱਕੋ ਹੀ ਸ਼ਬਦ ਉਪਦੇਸ਼ ਦੀ ਵਿਚਾਰ ਹੈ। ਸੱਚਾ ਸੌਦਾ ਹੱਟ ਸੱਚ, ਰਤਨੀ ਭਰੇ ਭੰਡਾਰ। ਗੁਰ ਉਪਦੇਸ਼ ਰੂਪੀ ਨਾਮ ਰੂਪ ਸੌਦਾ ਸੱਚਾ ਹੈ, ਸਾਧ ਸੰਗਤ ਰੂਪੀ ਹੱਟ ਦੁਕਾਨ ਵੀ ਸੱਚੀ ਹੈ ਅਤੇ ਗੁਰਸਿੱਖਾਂ ਦੇ ਹਿਰਦੇ ਰੂਪੀ ਭੰਡਾਰ ਖਜ਼ਾਨੇ ਵਿਰਾਗ ਆਦਿ ਗੁਣਾਂ ਰੂਪੀ ਰਤਨਾਂ ਦੇ ਨਾਲ ਭਰੇ ਹੋਏ ਆ। ਗੁਰ ਕਿਰਪਾ ਤੇ ਪਾਈਅਨ ਜੇ ਦੇਵੈ ਦੇਵਣ ਹਾਰ। ਇਹ ਦਾਤ ਸਤਿਗੁਰਾਂ ਦੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਹੀ ਪਾਈ ਦੀ ਹੈ। ਜੇਕਰ ਦੇਵਣ ਹਾਰ ਦੇਣ ਹਾਰ ਪਰਮੇਸ਼ਰ ਬਖਸ਼ਿਸ਼ ਕਰ ਦੇਵੇ। ਸੱਚਾ ਸੌਦਾ ਲਾਭ ਸਦਾ, ਖੱਟਿਆ ਨਾਮ ਅਪਾਰ। ਜਿਨ੍ਹਾਂ ਨੇ ਗੁਰ ਉਪਦੇਸ਼ ਰੂਪੀ ਸੱਚੇ ਸੌਦੇ ਦਾ ਵਾਪਾਰ ਕਰਕੇ ਹਮੇਸ਼ਾ ਵਾਸਤੇ ਬ੍ਰਹਮਾਨੰਦ ਰੂਪੀ ਜਾਂ ਮੁਕਤ ਰੂਪੀ ਲਾਭ ਨਫਾ ਪ੍ਰਾਪਤ ਕੀਤਾ ਹੈ, ਉਹਨਾਂ ਨੇ ਅਪਾਰ ਬੇਅੰਤ ਪਰਮੇਸ਼ਰ ਦੇ ਨਾਮ ਦੀ ਖੱਟੀ ਨੂੰ ਖੱਟਣਾ ਭਾਵ ਕਮਾਉਣਾ ਕੀਤਾ ਹੈ ਅਤੇ ਵੇਖ ਵਿੱਚ ਅੰਮ੍ਰਿਤ ਪ੍ਰਗਟਿਆ। ਕਰਮ ਪੀ ਆਵਣ ਹਾਰ। ਉਹਨਾਂ ਗੁਰਮੁਖ ਜਨਾਂ ਨੂੰ ਇਸ ਵੇਖ ਵਿਹੋ ਰੂਪੀ ਸੰਸਾਰ ਵਿਹੋ ਰੂਪੀ ਮਾਇਆ ਦੇ ਮੋਹ ਜਿਸ ਹਿਰਦੇ ਵਿੱਚ ਵਿਸ਼ਿਆਂ ਦੀ ਵਾਸ਼ਨਾ ਸੀ ਉਸ ਵਿੱਚੋਂ ਅੰਮ੍ਰਿਤ ਰੂਪ ਬ੍ਰਹਮਾਨੰਦ ਪ੍ਰਗਟਿਆ ਜ਼ਾਹਰ ਹੋਇਆ ਹੈ। ਪਰ ਇਹ ਅੰਮ੍ਰਿਤ ਰੂਪ ਬ੍ਰਹਮਾਨੰਦ ਭਾਗਾਂ ਵਾਲਿਆਂ ਨੂੰ ਹੀ ਗੁਰੂ ਸਾਹਿਬ ਜੀ ਪਿਲਾਉਣ ਵਾਲੇ ਆ। ਨਾਨਕ ਸੱਚ ਸਲਾਹੀ ਹੈ, ਧਨ ਸਵਾਰਨ ਹਾਰ। ਸਤਿਗੁਰੂ ਜੀ ਕਥਨ ਕਰਦੇ ਆ ਕਿ ਸੱਚੇ ਪਰਮੇਸ਼ਰ ਦੀ ਸਲਾਹੀ ਹੈ ਸਿਫਤ ਕਰੀਏ ਜੋ ਧੰਤਾ ਦੇ ਯੋਗ ਅਤੇ ਸਭਨਾ ਦੇ ਜੀਵਨਾਂ ਨੂੰ ਸਵਾਰਨ ਵਾਲਾ ਹੈ। ਗੁਰੂ ਸਾਹਿਬ ਜੀ ਧੰਤਾ ਦੇ ਯੋਗ ਹਨ ਜਿਹੜੇ ਗੁਰਮੁੱਖਾਂ ਦੇ ਹਿਰਦਿਆਂ ਨੂੰ ਸ਼ੁੱਭ ਗੁਣਾਂ ਦੇ ਨਾਲ ਸੰਵਾਰਨ ਵਾਲੇ ਹਨ। ਪੌੜੀ। ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ। ਜਿਨ੍ਹਾਂ ਪੁਰਖਾਂ ਦੇ ਅੰਦਰ ਹਿਰਦੇ ਵਿੱਚ ਝੂਠ ਆਦਿਕ ਸੁਭਾਅ ਵਰਤਦਾ ਹੈ ਉਹਨਾਂ ਨੂੰ ਸੱਚ ਬੋਲਣਾ ਚੰਗਾ ਹੀ ਨਹੀਂ ਲੱਗਦਾ। ਜਿਨ੍ਹਾਂ ਦੇ ਹਿਰਦੇ ਅੰਦਰ ਝੂਠੇ ਪਦਾਰਥਾਂ ਦਾ ਵਰਤਾਰਾ ਵਰਤਦਾ ਹੈ ਉਹਨਾਂ ਨੂੰ ਸੱਚਾ ਨਾਮ ਜਪਣਾ ਪਾਉਂਦਾ ਨਹੀਂ ਹੈ। ਜੇ ਕੋ ਬੋਲੈ ਸੱਚ ਕੂੜਾ ਜਲ ਜਾਵਈ। ਜੇਕਰ ਉਹਨਾਂ ਦੇ ਕੋਲ ਕੋਈ ਗੁਰਮੁਖ ਜਨ ਸੱਚੇ ਬਚਨ ਬੋਲਣਾ ਕਰੇ ਤਾਂ ਕੂੜਾ ਝੂਠ ਬੋਲਣ ਵਾਲੇ ਪੁਰਸ਼ ਈਰਖਾ ਰੂਪ ਅੱਗ ਵਿੱਚ ਸੜ ਜਾਵਈ ਸੜ ਜਾਂਦੇ ਆ। ਕੂੜਿਆਰੀ ਰੱਜੈ ਕੂੜ ਜਿਉ ਵਿਸਟਾ ਕਾਗ ਖਾਵਈ। ਹਾਂ, ਝੂਠ ਬੋਲਣ ਵਾਲੇ ਪੁਰਖ ਝੂਠ ਬੋਲ ਕੇ ਹੀ ਰੱਜਦੇ ਤ੍ਰਿਪਤ ਹੁੰਦੇ ਆ। ਜਿਵੇਂ ਕਾਂ ਵਿਸਟਾ ਗੰਦਗੀ ਨੂੰ ਖਾ ਕੇ ਰੱਜਦਾ ਤ੍ਰਿਪਤ ਹੁੰਦਾ ਹੈ। ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ। ਜਿਨ੍ਹਾਂ ਉੱਤੇ ਹਰੀ ਪਰਮੇਸ਼ਰ ਆਪ ਕਿਰਪਾਲੂ ਦਿਆਲੂ ਹੁੰਦਾ ਹੈ ਉਹ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਵਈ ਧਿਆਉਂਦੇ ਆ। ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲਹਿ ਜਾਵਈ। ਹੇ ਭਾਈ,
ਪਰਮੇਸ਼ੁਰ ਦਾ ਨਾਮ ਗੁਰਾਂ ਦੁਆਰਾ ਗੁਰਮੁਖ ਅਧਿਕਾਰੀ ਬਣ ਕੇ ਆਰਾਧਨਾ ਕਰੋ ਤਾਂ ਕੂੜ ਝੂਠ ਬੋਲਣ ਦੀ ਅਤੇ ਪਾਪ ਗੁਨਾਹਾਂ ਰੂਪੀ ਮੈਲ ਲੱਥ ਜਾਵੇ ਕਹੀਏ ਲਹਿ ਜਾਵੇਗੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।